ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਰਾਮ ਰਾਮ। ਸਾਥੀਓ, ਅੱਜ ਸਾਡੇ ਗਵਾਂਢ ਦਾ ਪਿੰਡ ਹੈ ਟੇਲੂਪੁਰਾ, ਪੰਜਕੋਸੀ ਤੋਂ ਮਸਾਂ 4 ਕਿਲੋਮੀਟਰ ਦੇ ਫਾਸਲੇ ਤੇ ਹੋਣਾ ਹੈ, ਤੇ ਦੋ ਸਗੇ ਭਰਾ ਸੁਸ਼ੀਲ ਤੇ ਰਾਹੁਲ, ਤੇ ਉਹਨਾਂ ਦੀ ਅੱਜ ਸਵੇਰੇ ਨਸ਼ੇ ਡਰੱਗ ਓਵਰਡੋਜ਼ ਨਾਲ ਅੱਜ ਮੌਤ ਹੋ ਗਈ। ਕਦੋਂ ਤੱਕ, ਕਿੰਨੀ ਕੁ ਹੋਰ ਮੌਤਾਂ ਹੋਊਗੀ? ਮੈਂ ਸਾਰੇ ਜਿਹੜੇ ਸਿਆਸਤਦਾਨ ਹੈ, ਸਾਰੇ ਜਿਹੜੇ ਮਾਨ ਸਾਹਿਬ ਨੂੰ ਮੈਂ ਅਪੀਲ ਕਰਦਾ, ਜਾਖੜ ਸਾਹਿਬ ਨੂੰ ਮੈਂ ਅਪੀਲ ਕਰਦਾ, ਬਾਦਲ ਸਾਹਿਬ ਨੂੰ ਮੈਂ ਅਪੀਲ ਕਰਦਾ, ਬਾਜਵਾ ਜੀ ਨੂੰ ਮੈਂ ਅਪੀਲ ਕਰਦਾ ਵੀ ਹੁਣ ਵਕਤ ਆ ਗਿਆ ਹੈ ਨਸ਼ੇ ਦੇ ਮਸਲੇ ਦੇ ਉੱਤੇ ਆਪਾਂ ਸਾਰੇ ਇੱਕ ਹੋ ਕੇ, ਮਾਨ ਸਾਹਿਬ ਇੱਕ ਤੁਸੀਂ ਉਪਰਾਲਾ ਕਰੋ, ਟੇਕ ਦਾ ਫਸਟ ਸਟੈਪ, ਸਾਰਿਆਂ ਨੂੰ ਇਕੱਠੇ ਕਰੋ ਤੇ ਉਹਦੇ ਉੱਤੇ ਗੰਭੀਰਤਾ ਨਾਲ ਤੇ ਦਿਲੋਂ ਕੋਈ ਨਾ ਕੋਈ ਇਸ ਮਸਲੇ ਦੇ ਉੱਤੇ ਵੀ ਇਹਦਾ ਹੱਲ ਕੀ ਹੈ। ਪੰਜਾਬ ਦੀ ਜਵਾਨੀ ਦਾ ਮਸਲਾ ਹੈ, ਆਉਣ ਵਾਲੀ ਪੀੜ੍ਹੀਆਂ ਦਾ ਮਸਲਾ। ਆਪਾਂ ਰੋਜ਼ ਪਾਣੀ ਮਗਰ ਲੜਾਈਆਂ ਕਰ ਰਹੇ ਹਾਂ, ਪਰ ਜੇ ਪੰਜਾਬ ਦੀ ਜਵਾਨੀ ਨਹੀਂ ਬਚੂਗੀ, ਆਉਣ ਵਾਲੀ ਪੀੜ੍ਹੀਆਂ ਹੀ ਖਤਮ ਹੋ ਜੂਗੀ ਤੇ ਫਿਰ ਕੀ ਪਾਣੀ ਦਾ ਕੀ ਕਰਾਂਗੇ। ਤੇ ਮੇਰੀ ਇੱਕ ਅਪੀਲ ਹੈ, ਮੈਂ ਵੀ ਇਹਦੇ ਵਿੱਚ ਇਸ ਸਾਰੀ ਜਿਹੜੀ ਮੈਂ ਗੱਲ ਕਰ ਰਿਹਾ, ਸਾਰੇ ਸਿਆਸਤਦਾਨ ਵੀ ਆਓ, ਹੁਣ ਆਪਾਂ ਕੋਈ 2 ਮਹੀਨੇ 6 ਮਹੀਨੇ ਸਾਲ ਉਹ ਗੱਲਾਂ ਛੱਡੀਏ ਤੇ ਬੈਠ ਕੇ ਇਹਦਾ ਕੋਈ ਮੰਥਨ ਕਰੀਏ, ਗੰਭੀਰਤਾ ਨਾਲ ਮੰਥਨ ਕਰੀਏ ਤੇ ਕੋਈ ਨਾ ਕੋਈ ਇਹਦਾ ਰਸਤਾ, ਇੱਕ ਰੋਡ ਮੈਪ ਬਣਾਉਣ ਦੀ ਇੱਕ ਜ਼ਰੂਰਤ ਹੈ। ਆ ਮੇਰੀ ਅਪੀਲ। ਥੈਂਕ ਯੂ। ਜੈ ਹਿੰਦ, ਜੈ ਭਾਰਤ।